ਇਹ ਗੋਸ਼ ਦੇ ਰੰਗ ਥੋੜਾ ਕੀ ਹੈ? ਉਹ ਭਾਗ ਕਿਉਂ ਰਹਾ ਹੈ ਫਿਰ? ਸ਼ੌਪਰ ਦਿਖਾਓ ਜ਼ਰਾ ਆਪਣਾ, ਸ਼ੌਪਰ ਦਿਖਾਓ, ਸ਼ੌਪਰ। ਲੋਕਾਂ ਨੂੰ ਤੁਸੀਂ ਦਿਖਾਉਂਦੇ ਹੋ ਕਿ ਬੋਟੀਆਂ ਨੇ ਤੇ ਬੋੜੀਆਂ ਨੇ ਬਾਜੀ, ਬੋੜੀਆਂ ਨੇ ਕੋਈ ਚਿਚੜੇ? ਹਾਂ ਚਿਚੜੇ ਨੇ। ਇੱਕ ਠੇਕੇਦਾਰ ਇਹ ਕਿਹੜਾ ਸਾਨੂੰ ਬਣਾ ਕੇ ਦਿੰਦਾ, 10 ਰੁਪਏ ਹੁੰਦੇ ਨੇ, 10 ਰੁਪਏ ਮੇਰੇ ਨੇ। ਠੇਕੇਦਾਰ ਨੇ ਪ੍ਰੋਪਰ ਬੰਦੇ ਰੱਖੇ ਨੇ। ਹਾਂਜੀ ਐ ਵੀ ਇਹ ਚਿਚੜੇ ਨੇ ਸਾਰੇ, ਉਹਨਾਂ ਨੇ ਸਾਡੇ ਬੰਦੇ ਵੇਚਣਗੇ। ਇੱਧਰ ਹੋਰ ਪਾਰਟੀ, ਉਹਨਾਂ ਨੇ ਸਾਡੇ ਬੰਦੇ ਵੇਚਣਗੇ। ਯਾਨੀ ਕਿ ਇੱਥੇ ਪਾਰਟੀਆਂ ਬਣੀਆਂ ਨੇ, ਉਹਨਾਂ ਨੇ ਆਪਣਾ ਕਾਰੋਬਾਰ ਸ਼ੁਰੂ। ਹਾਂਜੀ ਪਾਰਟੀਆਂ ਬੰਦੇ ਖਿਲਾ ਰਹੇ ਨੇ, ਇੱਕ ਦੂਸਰੇ ਬੰਦੇ ਨੂੰ ਮਾਰਦੇ ਵੀ ਨੇ। MYK ਨਿਊਜ਼ ਕੀ ਵੀਡੀਓਜ਼ ਦੇਖਨੇ ਕੇ ਲਈ ਹਮਾਰਾ ਚੈਨਲ ਸਬਸਕ੍ਰਾਈਬ ਕੀਜੀਏ ਔਰ ਬੈਲ ਆਈਕਨ ਕੋ ਕਲਿੱਕ ਕੀਜੀਏ ਤਾਂ ਕਿ ਆਪ ਹਮਾਰੀ ਆਨੇ ਵਾਲੀ ਵੀਡੀਓ ਸੇ ਬਾਖਬਰ ਰਹਿ ਸਕੇ। ਅਸਲਾਮ ਅਲੈਕੁਮ ਨਾਜ਼ਰੀਨ, ਆਪ ਦੇਖ ਰਹੇ ਹੈ MYK ਨਿਊਜ਼ ਔਰ ਮੈਂ ਹੂੰ ਆਪਕੇ ਸਾਥ ਸਨਾ ਵਕਾਸ ਔਰ ਮੈਂ ਇਸ ਵਕਤ ਦਰਿਆ ਰਾਵੀ ਕੇ ਪੁਲ ਪਰ ਮੌਜੂਦ ਹੂੰ ਔਰ ਯਹਾਂ ਪੇ ਬਹੁਤ ਸਾਰੇ ਐਸੇ ਲੋਕ ਦੇਖਨੇ ਕੋ ਮਿਲੇ ਜਿਨ੍ਹਾਂ ਨੇ ਹੱਥੋਂ ਮੇ ਗੋਸ਼ਤ ਕੇ ਸ਼ੌਪਰ ਉਠਾਏ ਹੋਏ ਔਰ ਯੇ ਗੋਸ਼ਤ ਕੇ ਸ਼ੌਪਰ ਜੋ ਹੈ ਯਹਾਂ ਸੇ ਗੁਜ਼ਰਤੇ ਹੋਏ ਲੋਕ ਇਨਸੇ ਖਰੀਦਤੇ ਔਰ ਖਰੀਦ ਕਰ ਆਪਣਾ ਸਦਕਾ ਦੇਤੇ ਹੈ। ਯੇ ਜੋ ਸ਼ੌਪਰ ਇਨ੍ਹਾਂ ਨੇ ਪਕੜੇ ਹੋਏ ਇਨਮੇ ਯੇ ਗੋਸ਼ਤ ਨਹੀਂ ਲੱਗ ਰਹਾ, ਰੰਗ ਜ਼ਿਆਦਾ ਲੱਗ ਰਹਾ ਹੈ। ਇਨ ਸ਼ੌਪਰੋਂ ਮੇ ਯੇ ਰੰਗ ਕਿਉਂ ਲੱਗ ਰਹਾ ਹੈ, ਗੋਸ਼ਤ ਕਿਉਂ ਨਹੀਂ ਲੱਗ ਰਹਾ ਯਾ ਰੰਗ ਲਗਾਇਆ ਹੈ ਯਾ ਕਿਸੇ ਔਰ ਚੀਜ਼ ਕੋ ਰੰਗ ਕਰ ਕਰ ਡਾਲਾ ਹੈ ਤੋ ਕਿਉਂ ਡਾਲਾ ਹੈ ਔਰ ਇਸਕੋ ਕਿਆ ਬਚਤ ਹੋ ਜਾਤੀ ਹੈ, ਕਿਆ ਕਮਾ ਲੇਤਾ ਹੈ ਯੇ। ਯੇ ਮੇਰੇ ਸਾਥ ਭਾਈ ਮੌਜੂਦ ਹੈ ਔਰ ਮੈਂ ਇਸੀ ਸੇ ਪੁੱਛਤੀ ਹੂੰ ਕਿ ਆਖਿਰ ਇਸਨੇ ਯੇ ਕਾਮ ਕਰਨਾ ਕਿਉਂ ਚੂਜ਼ ਕੀਆ ਕਿ ਰਾਵੀ ਕੇ ਕਿਨ ਪੁਲ ਪੇ ਖੜੇ ਹੋ ਕਰ ਜੋ ਯੇ ਗੋਸ਼ਤ ਕੇ ਸ਼ੌਪਰ ਹੈ ਯੇ ਵੇਚ ਰਹਾ ਹੈ ਔਰ ਯੇ ਦੇਖਨੇ ਮੇ ਗੋਸ਼ਤ ਕੇ ਸ਼ੌਪਰ ਨਹੀਂ ਲੱਗ ਰਹੇ। ਭਾਈ ਯੇ ਗੋਸ਼ਤ ਨਹੀਂ ਹੈ ਨਾ? ਇਹ ਗੋਸ਼ਤ ਦੇ ਰੰਗ ਥੋੜਾ ਕੀ ਹੈ? ਗੋਸ਼ਤ ਨੂੰ ਰੰਗ ਕੀਤਾ ਹੈ, ਰੰਗ ਕਿਉਂ ਕੀਤਾ ਹੈਗਾ? ਉਹ ਫਿਰ ਜਾਨਵਰ ਫਿਰ ਉਹ ਭਾਈ ਬਾਪ ਤੋਂ ਸੁਣੋ, ਉਹ ਭਾਗ ਕਿਉਂ ਰਹਾ ਹੈ ਫਿਰ? ਸ਼ੌਪਰ ਦਿਖਾਓ ਜ਼ਰਾ ਆਪਣਾ, ਸ਼ੌਪਰ ਦਿਖਾਓ, ਸ਼ੌਪਰ। ਨਹੀਂ ਰੰਗ ਕਿਸ ਚੀਜ਼ ਕਿਉਂ ਕੀਆ ਹੋਇਆ? ਬਾਜੀ ਇਹ ਗੋਸ਼ਤ ਹੁੰਦਾ ਚਿੱਟਾ ਚਿੱਟਾ, ਚਿਚੜੇ ਚਿਚੜੇ। ਹਾਂ ਚਿਚੜਾ, ਤੇ ਉਹਨੂੰ ਰੰਗ ਤੋਂ ਲਾਇਆ ਜਾਂਦਾ ਨਾ, ਉਹ ਲਾਲ ਹੋ ਜਾਂਦਾ ਹੈ। ਲੋਕਾਂ ਨੂੰ ਤੁਸੀਂ ਦਿਖਾਉਂਦੇ ਹੋ ਕਿ ਬੋਟੀਆਂ ਨੇ ਤੇ ਬੋੜੀਆਂ ਨੇ ਬਾਜੀ, ਬੋੜੀਆਂ ਨੇ ਕੋਈ ਚਿਚੜੇ? ਹਾਂ ਚਿਚੜੇ ਨੇ, ਉਹ ਰੰਗ ਕਦੋਂ ਹੋ ਜਾਂਦਾ ਨਾ ਥੋੜਾ, ਉਹ ਰੰਗ ਕਰਨ ਦੀ ਕੀ ਜ਼ਰੂਰਤ ਹੈ ਬਾਜੀ? ਕਦੋਂ ਛਾਪਰ ਅਗਰ ਅਸੀਂ ਪਾਵਾਂਗੇ ਨਾ ਚਿਚੜਾ, ਤੋ ਚਿੱਟਾ ਚਿੱਟਾ ਲੱਗੇਗਾ, ਹੋਰ ਚੀਜ਼ ਲੱਗੇਗੀ, ਮਲੂਮ ਹੋਵੇਗੀ। ਇਹ ਉਹਨਾਂ ਨੂੰ ਰੰਗ ਥੋੜਾ, ਤੁਸੀਂ ਹੋਰ ਚੀਜ਼ ਨੂੰ ਰੰਗ ਕਰਕੇ ਗੋਸ਼ਤ ਵਿਖਾ ਕੇ ਲੋਕਾਂ ਨੂੰ ਵੇਚਦੇ ਹੋ। ਤੇ ਹੈਗਾ ਹੀ ਗੋਸ਼ਤ ਤੇ ਬਾਜੀ, ਇਹ ਮਸਲਾ ਫਿਰ ਰੰਗ ਕਰਨ ਦੀ ਕੀ ਜ਼ਰੂਰਤ? ਥੋੜਾ ਲਾਈਦਾ ਇਹਨੂੰ। ਕਿਉਂ ਲਾਈਦਾ? ਇਹ ਵੈਸੇ ਵੀ ਸ਼ੋ ਵਿੱਚ ਐ, ਇੱਕ ਪੀਸ ਜ਼ਰਾ ਕੱਢ ਕੇ ਦਿਖਾਓ, ਦਿਖਾਓ। ਐ ਬੇਟੀ ਹੈ ਤੁਹਾਡੀ? ਨਹੀਂ ਨਹੀਂ, ਇਹ ਮਸੇਦਰ ਦੇ ਨੇ। ਹੈ? ਤੁਸੀਂ ਸਾਰੇ ਇੱਥੇ ਕਿਤੇ ਕੋਈ 100 ਜਣਾ ਖਲੋਤੇ ਹੋ। ਐ ਦੇਖੋ, ਇਹ ਫਿਫਰਾ ਹੈਗਾ, ਫਿਫਰਾ। ਇਹਦੇ ਵਿੱਚ ਤੁਸੀਂ ਰੋਈ ਵੀ ਮਿਕਸ ਕਰ ਦਿੰਦੇ ਹੋ? ਨਹੀਂ ਨਹੀਂ, ਤੁਹਾਡੇ ਸਾਹਮਣੇ ਚੈੱਕ ਕਰ ਲਓ, ਚੈੱਕ ਕਰ। ਐ ਦੇਖੋ, ਚੈੱਕ ਕਰੋ। ਨਹੀਂ ਤੇ ਰੰਗ ਕਿਉਂ ਕੀਤਾ ਹੈ ਬਾਜੀ? ਇਹ ਰੰਗ ਥੋੜਾ ਲਾਈਦਾ ਇਹਨੂੰ। ਕਿਉਂ? ਵੀ ਉਹਦੀ ਥੋੜੀ ਸ਼ੋ ਬਣ ਜਾਂਦੀ, ਕਿਵੇਂ ਇੱਕ ਚੀਜ਼ ਲੱਗ ਜਾਂਦੀ, ਰੰਗ ਹੋ ਜਾਂਦੀ ਸ਼ੋ। ਹਾਂਜੀ ਸ਼ੋ ਬਣ ਜਾਂਦੀ ਕਿ ਲੋਕ ਇਹਨਾਂ ਨੂੰ ਬੋਟੀਆਂ ਸਮਝਦੇ ਨੇ ਤੇ ਬੋਟੀਆਂ ਸਮਝ ਕੇ ਤੁਹਾਡੇ ਕੋਲ ਖਰੀਦ ਲੈਂਦੇ ਨੇ। ਇੱਕ ਪੈਕੇਟ ਕਿੰਨੇ ਦਾ? ਇਹ ਵੀ ਬੋਟੀਆਂ ਨੇ। ਛਿਛੜਾ ਕਿਸ ਤਰ੍ਹਾਂ ਬੋਟੀਆਂ? ਆ ਫਿਫਰਾ ਹੈਗਾ, ਬੋਟੀਆਂ ਆਉਂਦੀਆਂ ਤਾਂ ਰੰਗ ਕਰਨ ਦੀ ਜ਼ਰੂਰਤ ਨਾ ਪੈਂਦੀ। ਅੱਛੇ ਘਰ ਤੁਹਾਡੇ ਸਾਹਮਣੇ ਪਿਆ, ਕੀ ਚੀਜ਼? ਨਹੀਂ ਤੇ ਤੁਸੀਂ ਇੱਕ ਪੈਕੇਟ ਕਿੰਨੇ ਦਾ? 20 ਰੁਪਏ। 20 ਰੁਪਏ? ਹਾਂਜੀ, ਇੱਕ ਪੈਕੇਟ 20 ਰੁਪਏ। ਹਾਂਜੀ, ਜੇ ਲੋਕਾਂ ਨੂੰ ਇੱਥੇ ਜ਼ਿਆਦਾ ਰੇਟ ਲੱਗਦੇ। ਨਹੀਂ ਨਹੀਂ, 20 ਰੁਪਏ ਦਾ ਪਿੱਛੇ ਰਹਿੰਦੇ ਕਿੱਥੇ? ਇੱਕ ਠੇਕੇਦਾਰ ਇਹ ਕਿਹੜਾ ਸਾਨੂੰ ਬਣਾ ਕੇ ਦਿੰਦਾ, 10 ਰੁਪਏ ਹੁੰਦੇ ਨੇ, 10 ਰੁਪਏ ਮੇਰੇ ਨੇ। ਠੇਕੇਦਾਰ ਨੇ ਪ੍ਰੋਪਰ ਬੰਦੇ ਰੱਖੇ ਨੇ? ਹਾਂਜੀ। ਕਿੱਥੇ ਰਹਿੰਦਾ ਠੇਕੇਦਾਰ? ਇਧਰ ਥੱਲੇ ਹੀ ਰਹਿੰਦੇ ਨੇ। ਅੱਛਾ, ਹਾਂਜੀ। ਤੇ ਉਹਨੇ ਕਾਰੋਬਾਰ ਸ਼ੁਰੂ ਕੀਤਾ ਹੈ ਜੀ? ਉਹ ਸਾਨੂੰ ਲਿਆ ਕੇ ਦਿੰਦਾ, ਬਣਾ ਕੇ ਦਿੰਦਾ, ਅਸੀਂ ਆਪੇ ਵੇਚਨੇ ਆ। ਇਧਰ ਆ, ਓਏ ਇਧਰ ਲਾਓ। ਹੈ? ਹਾਂ, ਉਹ ਕੀ ਕਹਿ ਰਹੇ ਸੀ? ਅੱਛਾ, ਠੇਕੇਦਾਰ ਨੇ ਤੁਹਾਨੂੰ ਕਿੰਨੇ ਜਣਿਆਂ ਨੂੰ ਰੱਖਿਆ? ਆ ਸਾਰੀ ਪੋਲ ਇਹਨਾਂ ਦੇ ਠੇਕੇ ਤੇ, ਸਾਡੇ ਠੇਕੇ ਤੇ ਨੇ, ਅਸੀਂ ਅੱਗੋਂ ਦਿਹਾੜੀ ਤੇ ਰੱਖਿਆ ਸਾਨੂੰ ਇਹਨਾਂ ਨੇ। ਦਿਹਾੜੀ ਤੇ ਰੱਖਿਆ ਹੈਗਾ? ਹਾਂਜੀ। ਮਤਲਬ ਇਹ ਵੀ ਇੱਕ ਕਾਰੋਬਾਰ ਕਰ ਰਹੇ ਨੇ? ਹਾਂਜੀ। ਕਿੰਨੇ ਤੁਹਾਨੂੰ ਕਿੰਨੀ ਦਿਹਾੜੀ ਦਿੰਦੇ ਨੇ? 1000 ਰੁਪਏ। 1000 ਰੁਪਏ ਦਿਹਾੜੀ? ਤੇ ਇੰਨੀ ਕਮਾਈ ਹੋ ਜਾਂਦੀ ਹੈਗੀ?
ਹਾਂ 1400-2000 ਰੁਪਇਆ ਬਣ ਜਾਂਦਾ ਹੁੰਦਾ। 1400-2000 ਰੁਪਏ ਰੋਜ਼ ਦਾ ਬਣ ਜਾਂਦਾ। ਹਾਂਜੀ। ਛੋਟੇ ਛੋਟੇ ਬੱਚੇ ਵੀ ਨੇ, ਉਹਨਾਂ ਨੂੰ ਕਿੰਨੇ ਪੈਸੇ ਦਿੰਦੇ? ਇਹ ਉਹਨਾਂ ਦਾ ਕਿੰਨਾ ਮਾਲ ਵੇਚ ਲੈਗੀ, ਅੱਧ ਉੱਧ ਕਰਨਗੇ। ਮਾਲ ਉਹੀ ਤੁਹਾਨੂੰ ਦਿੰਦੇ ਨੇ ਖੁਦ ਲਿਆ? ਹਾਂਜੀ। ਰੰਗ ਵੀ ਉਹੀ ਲਾ ਕੇ ਦਿੰਦੇ? ਸਾਰਾ ਕੁਝ ਉਹਨਾਂ ਨੇ ਕਰਨਾ। ਅੱਛਾ। ਲੇਕਿਨ ਇਹ ਆ ਵੀ ਇਹ 2 ਨੰਬਰ ਹੀ ਨਹੀਂ ਹੈਗਾ ਇਹਦੇ 'ਚ। ਤੁਸੀਂ ਰਹਿੰਦੇ ਕਿੱਥੇ ਹੋ? ਆ ਪੁੱਲ ਦੇ ਥੱਲੇ। ਪੁੱਲ ਦੇ ਥੱਲੇ? ਹੋਰ ਕਿੰਨੇ ਤੁਹਾਡੇ ਇਸ ਤਰ੍ਹਾਂ ਦੇ ਰਿਸ਼ਤੇਦਾਰ ਜਾਂ ਤੁਸੀਂ ਸਾਰੇ ਲੋਕ ਰਹਿੰਦੇ ਜੁਗੀਆਂ 'ਚ ਰਹਿੰਦੇ? ਨਹੀਂ ਨਹੀਂ, ਉਹਨਾਂ ਨੇ ਕੁਆਟਰ ਲਏ ਨੇ, ਮੈਂ ਖਾਨਪੁਰ ਕਟੋਰੇ ਦਾ। ਕੁਆਟਰ ਲਏ ਨੇ, ਯਾਨੀ ਕਿ ਇੰਨਾ ਪੈਸਾ ਕਮਾ ਰਹੇ ਨੇ ਕਿ ਕੁਆਟਰ ਲਏ ਨੇ? ਕੁਆਟਰ ਲੈ ਜਗ੍ਹਾ ਇੱਥੇ, ਆਪਣੀ ਜਗ੍ਹਾ ਉਹਨਾਂ ਦੀ। ਅੱਛਾ, ਆਪਣੀ ਜਗ੍ਹਾ ਤੇ ਰਹਿੰਦੇ? ਹਾਂਜੀ। ਕਿੰਨੇ ਤੁਸੀਂ ਵੇਚ ਲੈਂਦੇ ਹੋ ਸਹੀ? ਅਗਰ ਤੁਹਾਡੇ ਕੋਲ ਮਤਲਬ ਇੱਕ ਦਿਹਾੜੀ ਤੁਸੀਂ ਸਵੇਰ 8 ਵਜੇ ਲੱਗੇ ਹੋ ਤੇ ਰਾਤ 8 ਵਜੇ ਤੱਕ ਕਿੰਨੇ ਵੇਚ ਲੈਂਦੇ? ਇਹ ਯਾਰ 1200 ਦਿਹਾੜੀ ਬਣ ਜਾਂਦੀ ਮੇਰੀ ਵੀ, ਉਹਨਾਂ ਦੀ ਬਣ ਜਾਂਦੀ ਜੀ ਬਸ। ਮਤਲਬ 1000-1200 ਤੁਹਾਡਾ ਤੇ 1000-1200 ਉਹਨਾਂ ਦਾ, 2400-2500 ਰੁਪਏ ਰੋਜ਼ ਦਾ। ਹਾਂਜੀ। ਇੱਥੇ ਖੜੇ ਹੋ ਤੇ ਲੋਕ ਦੇਖ ਕੇ ਤੁਹਾਨੂੰ ਰੁਕ ਜਾਂਦੇ ਨੇ? ਹਾਂ, ਕਿ ਫਿਰ ਪੱਕੇ ਗਾਹਕ ਲੱਗੇ ਹੁੰਦੇ ਨੇ ਸਾਡੇ, ਜਾਣ ਨਾਲ ਮੈਂ ਮਥਾਜ ਹੈਗਾ ਨਾ ਤੇ ਫਿਰ ਮੇਰੇ ਕੋਲ ਜ਼ਿਆਦਾ ਆ ਜਾਂਦੇ ਨੇ। ਹਾਂਜੀ, ਕਾਫੀ ਫਾਇਦਾ ਹੋ ਜਾਂਦਾ। ਹਾਂਜੀ, ਕੋਈ ਵੈਸੇ ਵੀ ਆਣ ਕੇ ਪੈਸੇ ਦੇ ਦਿੰਦੇ ਨੇ ਸਾਨੂੰ। ਕਿੰਨੇ ਅਰਸੇ ਕੰਮ ਕਰ ਰਹੇ ਹੋ? ਮੈਨੂੰ ਤਾਂ ਕੋਈ 2-3 ਮਹੀਨੇ ਹੋ ਰਹੇ, ਮੈਂ ਅਜੇ ਨਵਾਂ ਆਇਆ। ਇਹ ਬੰਦੇ ਪੁਰਾਣੇ ਹੈਗੇ ਨੇ, ਉਹ ਬੜੇ ਸਾਹਮਣੇ ਖਲੋਤੇ ਨੇ। ਪੁਰਾਣੇ ਨੇ? ਹਾਂਜੀ, ਇਹ ਪੁਰਾਣੇ ਨੇ। ਹੋਰ ਵੀ ਇੱਥੇ ਕੋਈ ਪੁੱਠਾ ਸਿੱਧਾ ਕੰਮ ਵੀ ਕਰਦੇ ਨੇ? ਉਹ ਅੱਗੇ ਵੀ ਅਜੇ ਹੈਗੇ ਨੇ, ਉਹ ਸਾਈਡ ਤੇ ਵੀ। ਨਹੀਂ ਤੇ ਪੁੱਠਾ ਸਿੱਧਾ ਕੰਮ ਵੀ ਕੋਈ ਕਰਦੇ ਨੇ? ਨਹੀਂ ਨਹੀਂ, ਪੁੱਠਾ ਸਿੱਧਾ ਨਹੀਂ ਇਹ, ਲੇਕਿਨ ਹੈਗਾ ਗੋਸ਼ ਤੇ, ਲੇਕਿਨ ਗੋਸ਼ ਨੂੰ ਰੰਗ ਲਾਉਂਦੇ ਨੇ। ਰੰਗ ਕਿਉਂ ਲਾਉਂਦੇ? ਇੱਕ ਵਜ੍ਹਾ ਇੱਕ ਰੰਗ ਲਾਉਂਦੇ ਨੇ ਬਾਜੀ। ਰੰਗ ਦੀ ਕੋਈ ਵਜ੍ਹਾ ਦੱਸਦੇ ਹੋਣਗੇ ਨਾ ਕਿ ਕਿਉਂ ਲਾਉਂਦੇ? ਅਗਰ ਤੁਸੀਂ ਸਵੇਰ ਮੇਰੇ ਕੋਲ ਆਓਗੇ ਨਾ, ਇੱਕ ਮੈਂ ਰੰਗ ਤੋਂ ਬਗੈਰ ਲੈ ਕੇ ਆਵਾਂਗਾ। ਇਹਨੂੰ ਰੰਗ ਲੱਗਿਆ ਵੇ, ਕੋ ਰੰਗ ਤੋਂ ਬਗੈਰ ਲੈ ਕੇ ਆਵਾਂਗਾ, ਤੁਸੀਂ ਕੋਈ ਚੈੱਕ ਕਰ ਲਿਆ ਦੇ। ਯਾਨੀ ਕਿ ਤੁਸੀਂ ਇਹਦੀ ਸ਼ੋਅ ਵਧਾਉਣ ਲਈ ਇਹਨੂੰ ਰੰਗ ਲਾਉਂਦੇ? ਜ਼ਰਾ ਚੁੱਕੋ, ਆਪਣੇ ਸ਼ੋਪਰ ਚੁੱਕੋ, ਇਹ ਦੇਖੋ। ਅੱਛਾ, ਇਹ ਸਭ ਦੇ ਵਿੱਚ ਗੋਸ਼ਤ ਹੈਗਾ? ਹਾਂਜੀ, ਪੱਕੀ ਗੱਲ ਆ। ਇਹ ਵੀ ਇਹ ਛਿਛੜੇ ਨੇ ਸਾਰੇ? ਇੱਕ ਇੱਕ ਛਿਛੜੇ ਦਾ ਪੈਕੇਟ ਕਿੰਨੇ ਦਾ ਵਾ? 20 ਰੁਪਏ। ਹਾਂਜੀ, ਇੱਕ ਇੱਕ ਛਿਛੜੇ ਦਾ ਪੈਕੇਟ 20 ਰੁਪਏ ਦਾ। ਤੇ ਇਹਦੇ ਵਿੱਚ ਤੇ ਅੱਛੀ ਖਾਸੀ ਉਹਨਾਂ ਨੂੰ ਕਮਾਈ ਹੋ ਰਹੀ ਹੈ ਖੁਦ ਜ਼ਿਆਦਾ। ਤੁਸੀਂ ਖੁਦ ਕਿਉਂ ਨਹੀਂ ਲਿਆ ਕੇ ਵੇਚਦੇ ਆਪ? ਸਾਨੂੰ ਵੇਚਣ ਲਈ ਦਿੰਦੇ? ਕੌਣ ਨਹੀਂ ਵੇਚਣ? ਆ ਕਿਹੜੇ ਲੋਕ ਪੁਰਾਣੇ ਇੱਥੋਂ ਦੇ ਹੈਗੇ ਨੇ, ਉਹ ਕਹਿੰਦੇ ਨੇ ਜੀ ਇਹ ਸਾਡਾ ਅੱਡਾ ਹੈਗਾ। ਹਾਂਜੀ, ਨਹੀਂ ਅੱਡਾ ਹੈ ਤੇ ਇੰਨਾ ਵੱਡਾ ਹੈਗਾ ਤੇ ਕਿਸੇ ਜਗ੍ਹਾ ਤੇ ਕੋਈ ਵੀ ਖੜ ਕੇ ਵੇਚ ਸਕਦਾ? ਨਹੀਂ ਨਹੀਂ ਵੇਚਣ ਦਿੰਦੇ, ਲੜਾਈ ਝਗੜਾ ਗੋਲੀਆਂ ਚੱਲਦੀਆਂ ਨੇ। ਹਾਂਜੀ, ਕੀ ਹੋਈ ਪਹਿਲੇ ਕਿਸੇ ਨਾਲ ਲੜਾਈ? ਬਹੁਤ ਲੜਾਈ ਹੋਈ ਹੈ, ਚੌਂਕੀ ਵਾਲਿਆਂ ਨੂੰ ਪਤਾ ਹੈਗਾ। ਕੀ ਲੜਾਈ ਹੋਈ ਸੀ? ਇੱਥੇ ਥੱਲੇ ਇੱਕ ਗੁੱਜਰ ਹੈਗੇ ਨੇ, ਉਹ ਵੀ ਬੰਦੇ ਨੂੰ ਮਾਲ ਨਹੀਂ ਵੇਚਣ ਦੇ, ਉਹਦੇ ਜੀ ਸਾਡੇ ਬੰਦੇ ਵੇਚਣਗੇ। ਇਹ ਉਹ ਹੈਗੇ ਨੇ ਥੱਲੇ, ਉਹ ਆਂਦੇ ਨੇ ਸਾਡੇ ਬੰਦੇ ਵੇਚਣਗੇ। ਇੱਧਰ ਹੋਰ ਪਾਰਟੀ, ਉਹ ਆਂਦੇ ਨੇ ਸਾਡੇ ਬੰਦੇ ਵੇਚਣਗੇ। ਯਾਨੀ ਕਿ ਇੱਥੇ ਪਾਰਟੀਆਂ ਬਣੀਆਂ ਨੇ, ਉਹਨਾਂ ਨੇ ਆਪਣਾ ਕਾਰੋਬਾਰ ਸ਼ੁਰੂ? ਹਾਂਜੀ, ਪਾਰਟੀਆਂ ਬੰਦੇ ਖਿਲਾ ਰਹੇ ਨੇ, ਇੱਕ ਦੂਸਰੇ ਬੰਦੇ ਨੂੰ ਮਾਰਦੇ ਵੀ ਨੇ। ਤੁਸੀਂ ਕਿਹਦੀ ਪਾਰਟੀ 'ਚ ਹੋ? ਮੈਂ ਇੱਧਰ ਹੋਰ ਪਾਰਟੀ ਦੀਨਦਾਰ ਹੈਗੇ ਨੇ ਉਹਨਾਂ ਨਾਲ। ਉਹਨਾਂ ਦੀ ਪਾਰਟੀ ਦੇ ਕਿੰਨੇ ਬੰਦੇ ਕੰਮ? ਉਹਨਾਂ ਕੋਲ 4-5 ਬੰਦੇ ਹੈਗੇ ਨੇ। 4-5? ਕਿੱਧਰ ਮੈਂ ਆ? ਯਾਨੀ ਕਿ 4-5 ਬੰਦੇ ਨੇ ਤੇ ਰੋਜ਼ ਦਾ ਉਹਨਾਂ ਨੂੰ 10-15-20 ਹਜ਼ਾਰ ਕਮਾ ਕੇ? ਹਾਂ, ਨਹੀਂ ਯਾਰ, 1200-1200 ਲਾ ਲਓ ਤੇ ਕਿੰਨੇ ਬਣ ਗਏ ਹੁੰਦੇ? ਕਿੰਨੇ ਘੰਟੇ ਰੁਕਦੇ ਹੋ? ਸਾਰਾ ਦਿਨ, ਸਵੇਰ ਤੋਂ ਸ਼ਾਮ ਤੱਕ। ਤੰਗੀ ਨਹੀਂ ਹੁੰਦੀ ਰੋਡ ਤੇ ਮੇਨ ਤੇ ਰੁਕਣਾ? ਤੰਗੀ ਹੁੰਦੀ ਹੈ, ਬਹੁਤ ਮੁਸ਼ਕਲ ਹੈਗਾ ਇੱਥੇ। ਕਿਹੜੇ ਥੁੱਕ ਵੀ ਸੜਦੇ ਨੇ ਸਾਡੇ ਉੱਤੇ ਡਿੱਗਦਾ ਆਣ ਕੇ, ਕਿਹੜੇ ਕੋਈ ਪਾਨ ਲੈ ਆਉਂਦੇ ਪਰ ਪਾਨ ਸੜਦੇ ਨੇ, ਉਹ ਵੀ ਸਾਡੇ ਉੱਤੇ ਡਿੱਗਦਾ। ਲੋਕ ਇਸੇ ਤਰ੍ਹਾਂ ਸੁ? ਹਾਂਜੀ, ਲੇਕਿਨ ਮਜਬੂਰੀ, ਮੈਂ ਮਥਾਜ ਹੈਗਾ ਤਾਂ ਕਰਕੇ, ਨਹੀਂ ਤਾਂ ਮੈਂ ਨਹੀਂ ਸੀ ਕਰਨਾ ਇਹ। ਹੁਣ ਕਿਹੜੇ ਲੋਕ ਸਹੀ ਸਲਾਮਤੇ ਨੇ, ਉਹਨਾਂ ਦਾ ਕੰਮ ਨਹੀਂ ਸਹੀ, ਉਹ ਗਲਤ ਹੈਗੇ ਨੇ। ਉਹ ਵੀ ਕਰਦੇ ਪਏ ਨੇ ਕੰਮ ਸੌਖਾ ਨਾ, ਲੋਕ ਫਿਰ ਵੀ ਤੂੰ ਜ਼ਿਆਦਾ ਪੈਸੇ ਵੀ ਦੇ ਜਾਂਦੇ ਹੋ? ਹਾਂਜੀ, ਜ਼ਿਆਦਾ ਵੀ ਦੇ ਦਿੰਦੇ ਨੇ, ਮਾ ਨਹੀਂ ਵੀ ਲਿਆ ਤਾਂ ਉਂਝ ਵੀ ਦੇ ਦਿੰਦੇ ਨੇ ਮੈਨੂੰ। ਹੁਣ ਸਵੇਰ ਇੱਕ ਭਾਈ ਆਇਆ, 500 ਮੈਨੂੰ ਦੇ ਗਿਆ ਉਂਝ ਵੈਸੇ। ਆਪਣਾ ਸਦਕਾ? ਨਹੀਂ, ਉਂਝ ਦੇ ਗਿਆ ਵੈਸੇ, ਦੇ ਗਿਆ ਵੈਸੇ, ਸਦਕਾ ਵਗੈਰਾ ਵੀ ਲੈ ਲੈਂਦੇ? ਹਾਂਜੀ। ਇਹ ਹੱਥ ਨੂੰ ਕੀ ਹੋਇਆ? ਇਹ ਮਸ਼ੀਨ 'ਚ ਆਇਆ ਪਠਿਆਂ। ਕਿੰਨੇ ਸਾਲ ਪਹਿਲੇ? ਇਹ ਹੋ ਜਾਂਦੇ ਨੇ 4 ਸਾਲ। ਉਸ ਤੋਂ ਪਹਿਲੇ ਕੀ ਕਰਦੇ? ਪਹਿਲੇ ਮੈਂ ਦੁਬਈ ਕੰਮ ਕਰਦਾ।
ਦੁਬਈ ਕੰਮ ਹਾਂਜੀ ਆ ਤੂੰ ਦੁਬਈ ਆਇਆ ਸੀ ਕਿ ਇੱਥੇ ਆਇਆ ਇੱਥੇ ਉਹ ਜਿਹੜਾ ਮੁੰਡਾ ਆ ਰਿਹਾ ਉਹ ਕਿਹਦੀ ਕਿਹਨਾਂ ਦਾ ਹੈਗਾ ਉਹਦੇ ਤੇ ਬਥੇਰਾ ਫੜਿਆ ਉਹਨੇ ਥੱਲੇ ਰਹਿੰਦੇ ਨੇ ਬਾਜੀ ਤੁਹਾਨੂੰ ਦੱਸਿਆ ਤਾਂ ਹੈਗਾ ਥੱਲੇ ਘਰ ਇਹਨਾਂ ਦਾ ਤੇ ਕਿੱਥੋਂ ਲੈ ਕੇ ਆਉਂਦੇ ਨੇ ਗੋਸ਼ਤ ਵਗੈਰਾ ਸਾਰਾ ਜਿਹੜਾ ਬੱਕਰ ਮੰਡੀ ਬੱਕਰ ਮੰਡੀ ਉਹ ਇਕੱਠਾ ਮਣਾ ਦੇ ਹਿਸਾਬ ਲੈ ਕੇ ਉਹ ਬੱਕਰ ਮੰਡੀ ਨਾ ਕਿਹੜੀ ਮੁਰਗੀਆਂ ਦਾ ਖਾਣਾ ਬਣਦਾ ਹੈ ਉਹ ਵੀ ਉੱਥੋਂ ਬਣਦਾ ਕਿਹੜੇ ਆ ਬੱਕਰੇ ਕਿਹੜੇ ਆ ਬੱਚੇ ਹੁੰਦੇ ਨੇ ਕਦੋਂ ਕੁਰਬਾਨੀ ਆਉਂਦੀ ਉਹਨਾਂ ਦਾ ਮੰਡਾ ਬਣਦਾ ਹੈ ਇਹ ਵਿੱਚ ਕੀਮਾ ਗੋਸ਼ਤ ਪਾਇਆ ਹੁੰਦਾ ਤੇ ਉਹ ਜਾਨਵਰ ਖਾਂਦਾ ਤੇ ਉਹਦੇ ਨਾਲ ਭਾਰਾ ਹੋ ਜਾਂਦਾ ਇਹ ਉੱਥੋਂ ਸਾਰੀਆਂ ਖੁਰਾਕਾਂ ਬਣਨ ਦੀ ਤਿਆਰ ਹੁੰਦੀਆਂ ਨੇ ਜਿਨ੍ਹਾਂ ਨਾਲ ਤੁਸੀਂ ਕੰਮ ਕਰਦੇ ਹੋ ਕਿੰਨਾ ਰੋਜ਼ ਦਾ ਲੈ ਕੇ ਆਉਂਦੇ ਨੇ ਸਾਰਾ ਇਹ 10-15 ਕਿਲੋ ਲਿਆਉਂਦੇ ਨੇ 10-15 ਕਿਲੋ ਹਾਂਜੀ ਇਹਨਾਂ ਨੂੰ ਪਾਲਟੀਆਂ ਨੇ ਕੋਈ 20 ਕਿਲੋ ਕੋਈ ਮਾਣ ਲੈਦਾ ਲੈਦਾ ਲੈ ਕੇ ਆਉਂਦੇ ਨੇ ਆਪਾਂ ਬੰਦਿਆਂ ਨੂੰ ਇਹ ਕਿਸ ਤਰ੍ਹਾਂ ਕਿਲੋ ਪੈਂਦਾ ਹੈਗਾ ਇਹਨਾਂ ਨੂੰ ਕੋਈ ਸਸਤਾ ਲੱਭ ਜਾਂਦਾ ਉੱਥੋਂ ਕੋਈ ਫਾਇਦਾ ਇਹਨਾਂ ਨੂੰ ਹੈਗਾ